मिंटू जी 2000 रुपये दे गुलाबी रंगे नोट बंद करते ने आरबीआई ने, लोगों च तरथली मच गई है, सारा वेरवा की आ। हाँ बिल्कुल, एक तो मौसम जिहड़ा हुण इस तरह दा कि कहिंदे कि मौनसून जिहड़ा बंगाल की खाड़ी दे विच पहुंच चुका वा, ते इधर हुण ये इमकान है कि कल तो बैंकां दे विच मौसम गुलाबी हो जाएगा, क्योंकि यह नोट जिहड़े सीगे ओह गुलाबी रंग दे सी। वैसे कुछ लोग चिप लभदे थक गए, चिप ना लभी पर नोट ही गायब हो गया। कहानी कुछ इस तरह है कि हजूर इस सदन दे विच पहले ही कह चुके सन कि असी इन्हां नोटां दी प्रिंटिंग बंद कर चुके हैं, क्योंकि लोग हैरान सन कि यार 2000 दा नोट तां निकलदा ही नहीं कितने, एटीएम चों वेख्या ही नहीं है, दर्शन दुर्लभ हो गया। तो फिर इन्हां ने सदन च जानकारी दित्ती सी कि भाई जी वह तो असी पहले ही बंद कर दिते ने, यानी उन्हां दी प्रिंटिंग बंद हो गई आ। वह हुण बाजार दे विच सीगे, बाजार चों इन्हां ने पूरी तरह हटाउण दा उह फैसला लै लिया। ਉਹਦੇ ਵਾਸਤੇ 30 ਤਰੀਕ ਤੱਕ ਦੀ ਮਿਆਦ ਆ ਕਿ 30 ਤਰੀਕ ਤੱਕ ਕੋਈ ਵੀ ਬੰਦਾ ਜਾ ਕੇ ਐਕਸਚੇਂਜ ਕਰਾ ਸਕਦਾ ਹੈ, ਜਾਂ ਇਹ ਆ ਕਿ ਆਪਣੇ ਖਾਤੇ 'ਚ ਉਹ ਡਿਪੋਜ਼ਿਟ ਕਰਵਾ ਸਕਦਾ। 30 ਸਤੰਬਰ ਤੱਕ ਇਹ ਕੰਮ ਇੱਦਾਂ ਹੀ ਰਹੂਗਾ, ਹੋ ਸਕਦਾ ਤਰੀਕ ਅੱਗੇ ਵਧਾ ਵੀ ਦੇਣ। ਦੂਸਰੀ ਗੱਲ ਹੈ ਕਿ ਇੱਕ ਵੇਲੇ ਸਿਰਫ 20,000 ਰੁਪਈਆ ਹੀ ਬਦਲਿਆ ਜਾਏਗਾ, ਕਿਉਂਕਿ ਇਹ ਹੈ ਨਾ ਕਿ ਜ਼ਿਆਦਾ ਬਈ ਉੱਥੇ ਅਫੜਾ ਦਫੜੀ ਨਾ ਪੈ ਜਾਵੇ। ਪਰੰਤੂ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਹੁਣ ਦੇਖੋ ਜਦੋਂ ਪ੍ਰਿੰਟਿੰਗ ਤੁਸੀਂ ਕਈ ਸਾਲ ਪਹਿਲਾਂ ਹੀ ਬੰਦ ਕਰ ਦਿੱਤੀ, ਤਾਂ ਫਿਰ ਤੁਹਾਨੂੰ 1-2 ਸਾਲ ਹੋਰ ਦੇ ਦੇਣੇ ਚਾਹੀਦੇ ਸੀਗੇ ਕਿ ਯਾਰ ਬਈ ਹੁਣ ਗਾਂਹ ਤੋਂ 19 ਤਰੀਕ ਤੱਕ ਨੋਟ ਜਿਹੜੇ ਚੱਲਣੇ ਆ ਉਸ ਤੋਂ ਬਾਅਦ ਅਸੀਂ ਬੰਦ ਕਰ ਦੂੰਗੇ, ਤੁਸੀਂ ਹੌਲੀ 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 ਆਪਣਾ ਜਦੋਂ ਵੀ ਤੁਹਾਡਾ ਸਬੂਤ ਲੱਗੇ ਤੇ ਡਿਪੋਜ਼ਿਟ ਕਰਵਾਈ ਚਲੋ। ਵੈਸੇ ਤਾਂ 2000 ਦੇ ਨੋਟ ਆਮ ਬੰਦੇ ਕੋਲ ਇੰਨੇ ਹੈ ਨਹੀਂ ਗੇ, ਜਿੱਥੇ ਹੈਗੇ ਆ ਜੇ ਯਕਦਮ ਬੈਂਕਾਂ ਵੱਲ ਭੱਜੂਗੇ ਤਾਂ ਉੱਥੇ ਲਾਈਨਾਂ ਲੱਗਣਗੀਆਂ, ਹੋ ਸਕਦਾ। ਜਾਂ ਇਹ ਵੀ ਹੋ ਸਕਦਾ ਕਿ ਜਿਵੇਂ ਮੰਨ ਲਓ ਹੁਣ ਦੁਕਾਨਦਾਰ ਕੋਲ ਤਾਂ 30 ਤਰੀਕ ਤੱਕ ਦਾ ਵਕਫਾ ਹੈ, ਜੇ ਉਸ ਨੂੰ ਕੋਈ 2000 ਦਾ ਨੋਟ ਦੇਵੇ ਉਹ ਇਨਕਾਰ ਕਰ ਦੇਵੇ ਕਿ ਮੈਂ ਕਿਉਂ ਖੱਜਲ ਖੁਆਰੀ ਮੁੱਲ ਲਵਾਂ। ਕੋਈ ਪੈਟਰੋਲ ਪੰਪ ਤੇ ਜਾਵੇ ਤਾਂ ਉਹ ਕਹੇ ਕਿ ਮੈਂ ਕਿਉਂ ਲਵਾਂ ਯਾਰ, ਬਿਠਾ ਕੇ ਲਿਆ, ਇਹ ਵੀ ਇੱਕ ਦਿੱਕਤ ਪਰੇਸ਼ਾਨੀ ਆਏਗੀ। ਸੋ ਇਹਨਾਂ ਨੇ ਸ਼ਾਇਦ ਐਤਕੀ ਵੀ ਉਹੀ ਸਕੀਮ ਲਾਈ ਹੈ ਜਿਹੜੀ ਅੱਗੇ ਲਾਈ ਸੀ ਨੋਟਬੰਦੀ ਵਾਲੇ। ਵੇਖਿਆ ਕਿੰਨੇ ਤਰਕ ਦਿੱਤੇ ਸਨ ਕਿ ਅੱਤਵਾਦ ਦੀ ਲੱਤ ਤੋੜ ਦਿਆਂਗੇ, ਕਾਲੇ ਧਨ ਦਾ ਨੱਕ ਤੋੜ ਦਿਆਂਗੇ, ਤੇ ਬਈ ਜੋ ਹੇਰਾ ਫੇਰੀ ਕਰਦੇ ਆ ਉਹਨਾਂ ਦਾ ਸਾਰਾ ਕੁਛ ਹੀ ਤੋੜ ਦਿਆਂਗੇ। ਟੁੱਟਿਆ ਕੀ, ਇਹ ਕਹਿੰਦੇ ਸਨ ਕਿ ਦੇਖੋ ਜੀ ਬਾਜ਼ਾਰ ਦੇ ਵਿੱਚ ਕਾਲਾ ਧਨ ਬਹੁਤ ਆ, 99% ਜੋ ਕੈਸ਼ ਸੀ ਫਲੋ ਦੇ ਵਿੱਚ ਬਾਜ਼ਾਰ ਅੰਦਰ ਉਹ ਵਾਪਸ ਆ ਗਿਆ, 1% ਬਾਹਰ, 17 ਲੱਖ ਕਰੋੜ ਉਦੋਂ ਟੋਟਲ ਸੀਗਾ, ਹਿਸਾਬ ਲਾ ਲਓ ਕਿ 1% ਉਹਦਾ ਬਚਿਆ। ਤੇ ਉਸ 1% ਵਾਸਤੇ ਕਿੰਨੇ ਬੰਦੇ ਮਰੇ, ਕਿੰਨੇ ਲਾਈਨਾਂ 'ਚ ਲੱਗੇ, ਕਿੰਨਿਆਂ ਦੇ ਵਿਆਹ ਲੇਟ ਹੋਏ, ਕਿੰਨਿਆਂ ਦੇ ਮਰਨੇ ਖਰਾਬ ਹੋਏ, ਕਿੰਨਿਆਂ ਨੇ ਹੇਰ ਫੇਰ ਕੀਤੀ, ਕਿੰਨਿਆਂ ਨੇ ਉਸ ਵੇਲੇ ਕਮਿਸ਼ਨ ਕਮਾਏ, ਕਿੰਨਿਆਂ ਨੇ ਉਸ ਵੇਲੇ ਆਪਣਾ ਜਿਹੜਾ ਕਾਲਾ ਧਨ ਸੀਗਾ ਉਹ ਬੜੀ ਆਸਾਨੀ ਨਾਲ ਵਾਈਟ ਕਰ ਲਿਆ। ਤਾਂ ਆਖਰ ਕੀ ਹੋਇਆ ਕਿ ਪ੍ਰਿੰਟਿੰਗ ਵੀ ਕੀਤੀ ਤੁਸੀਂ, ਏਟੀਐਮ ਜਿੰਨੇ ਹੈਗੇ ਸੀ ਉਹਨਾਂ ਦੇ ਸਾਂਚੇ ਜਿਹੜੇ ਸੀ ਉਹ ਵਧਾਏ, ਜਹਾਜ਼ਾਂ ਨਾਲ ਨੋਟ ਸਪਲਾਈ ਕੀਤੇ, ਫੌਜ ਤੱਕ ਲਾਉਣੀ ਪਈ, ਤਾਂ ਕਰ ਕਰਾ ਕੇ 1% ਤੋਂ ਉਹਦੇ ਵਿੱਚ ਇੰਨਾ ਕੁਛ ਸਾਨੂੰ ਕੁਰਬਾਨ ਕਰਨਾ ਪਿਆ। ਤਾਂ ਫਿਰ ਵੀ ਲੋਕ ਕਹਿ ਦੇਣ ਕਿ ਬਈ ਇਹ ਮਹਾਨ ਫੈਸਲਾ ਹੈ, ਤੇ ਇਹੋ ਜਿਹੇ ਮਹਾਨ ਲੋਕਾਂ ਨੂੰ ਵੀ ਸਲੂਟ ਹੀ ਆ ਫਿਰ। ਮਿੰਟੂ ਜੀ, ਇੱਧਰ ਨਾ ਵਟਸਐਪ 'ਤੇ ਸਵੇਰ ਤੋਂ ਕਾਫੀ ਜ਼ਿਆਦਾ ਰਿਐਕਸ਼ਨ ਆ ਰਿਹਾ ਇਸ ਗੱਲ ਨੂੰ ਲੈ ਕੇ। ਮੈਂ ਸਾਡੀ ਸਵੇਰ ਤੋਂ ਜਦੋਂ ਦਾ ਪ੍ਰੋਗਰਾਮ ਸ਼ੁਰੂ ਕੀਤਾ ਇਹ ਖਬਰ ਜਦੋਂ ਦੀ ਸਾਹਮਣੇ ਆਈ ਆ, ਹੁਣ ਕੁਝ ਸੁਣਨ ਵਾਲੇ ਇਹ ਕਹਿੰਦੇ ਨੇ, ਕਹਿੰਦੇ ਗਰੀਬ ਦੋਸਤ ਬਣਾਓ, 10, 20, 50 ਤੇ 100 ਵਾਲੇ ਕਦੇ ਬੇਵਫਾ ਨਹੀਂ ਹੁੰਦੇ। ਨਹੀਂ ਨਹੀਂ, 200 ਵਾਲਾ ਵੀ ਉਦਾਂ ਤਾਂ ਨੋਟ ਹੈਗਾ ਇੱਥੇ, 500 ਵਾਲਾ ਵੀ ਚਲੀ ਜਾਂਦਾ, ਕੋਈ ਦਿੱਕਤ ਨਹੀਂ। ਸੋ ਗੱਲ ਇਹ ਆ ਕਿ ਪਲੈਨਿੰਗ ਹੈ ਨਹੀਂ ਸੀਗੀ ਨਾ ਪਹਿਲਾਂ ਕਿ ਨਾ ਹੋਣ ਆ, ਕਿ 2000 ਦਾ ਨੋਟ ਤੁਸੀਂ ਇਹ ਕਰਕੇ ਲਿਆਏ ਸੀਗੇ ਕਿ ਇਹਦੇ ਨਾਲ ਕਰਪਸ਼ਨ ਘੱਟ ਹੋਊਗੀ, 1000 ਦਾ ਬੰਦ ਕੀਤਾ। ਤਾਂ ਗੱਲ ਇਹ ਆ ਕਿ 1000 ਜਿਹੜੀ ਕਰੰਸੀ ਹੈ ਉਹ ਵੱਡੀ ਹੈ ਕਿ 2000 ਵਾਲੀ ਵੱਡੀ ਹੈ? 2000 ਦੇ ਨੋਟ ਥੋੜੇ ਹੋਣਗੇ ਮੁੱਠੀ 'ਚ ਕਿ 1000 ਵਾਲੇ ਥੋੜੇ ਹੋਣਗੇ? ਫਿਰ ਦੂਜੀ ਗੱਲ ਆ ਕਿ 2000 ਦਾ ਨੋਟ ਲਿਆ ਕੇ ਇੰਨਾ ਕੁਛ ਕਰਕੇ ਸਾਈਜ਼ ਉਹਦਾ ਵਧਾ ਕੇ ਏਟੀਐਮ ਦੇ ਸਾਂਚੇ ਸਾਰੇ ਕੁਛ ਤੁਹੀ ਬਦਲਾ ਕੇ ਤੇ ਅੱਜ ਉਹੀ 2000 ਨੋਟ ਤੁਸੀਂ ਵਾਪਸ ਲੈ ਰਹੇ ਹੋ। ਔਰ ਅੱਜ ਕੈਸ਼ ਪਤਾ ਕਿੰਨਾ ਬਾਜ਼ਾਰ 'ਚ? ਵਿਜੇ ਜੀ, ਹੈਰਾਨਗੀ ਹੋਏਗੀ ਤੁਹਾਨੂੰ ਕਿ ਜਦੋਂ ਨੋਟਬੰਦੀ ਹੋਈ ਸੀ ਉਦੋਂ 17 ਲੱਖ ਕਰੋੜ ਸੀ, ਅੱਜ ਦੀ ਤਰੀਕ ਦੇ ਵਿੱਚ ਉਹੀ ਕੈਸ਼ 30 ਲੱਖ ਕਰੋੜ ਹੈ ਇੰਡੀਆ 'ਚ। ਮਿੰਟੂ ਜੀ, ਅੱਛਾ ਹੁਣ ਇਹ ਦੱਸਿਓ, ਹੁਣ ਸੁਲਤਾਨਪੁਰ ਲੋਧੀ ਗੁਰੂ ਘਰ ਦੇ ਵਿੱਚ ਗ੍ਰੰਥੀ ਸਿੰਘ ਤੇ ਹਮਲਾ ਹੋ ਗਿਆ ਜੀ, ਇੱਧਰ ਇੱਧਰੋਂ ਕੀ ਵੇਰਵੇ ਆ ਰਹੇ ਨੇ ਜੀ? ਹਾਂਜੀ, ਦੇਖੋ ਗ੍ਰੰਥੀ ਸਿੰਘ ਤੇ ਹਮਲਾ ਇੱਦਾਂ ਆਇਆ ਕਿ ਕੋਈ ਵਿਅਕਤੀ ਜਿਹੜਾ ਮੂੰਹ ਬੰਨ ਕੇ ਉੱਥੇ ਗੁਰੂ ਘਰ ਦਾਖਲ ਹੋਇਆ,
ਦਰਬਾਰ ਸਾਹਿਬ ਦੇ ਵਿੱਚ ਜਦੋਂ ਪਹੁੰਚਿਆ ਤਾਂ ਗ੍ਰੰਥੀ ਸਿੰਘ ਨੇ ਸਿਰਫ ਇੰਨਾ ਕਿਹਾ ਕਿ ਭਾਈ ਸਾਹਿਬ ਮੂੰਹ ਖੋਲ ਦਿਓ। ਤਾਂ ਇਸ ਤੋਂ ਉਹ ਬੰਦਾ ਚਿੜ ਗਿਆ, ਉਸਨੇ ਕਹਿੰਦੇ ਆ ਕਿ ਸ੍ਰੀ ਸਾਹਿਬ ਕੱਢਿਆ। ਹਾਲਾਂਕਿ ਕੋਈ ਸੱਟ ਫਿੱਟ ਜ਼ਿਆਦਾ ਤਾਂ ਨਹੀਂ ਲੱਗੀ, ਉਹ ਗ੍ਰੰਥੀ ਸਿੰਘ ਜਦੋਂ ਆਪਣਾ ਬਚਾਅ ਕਰ ਰਿਹਾ ਸੀਗਾ ਤਾਂ ਉਹ ਡਿੱਗਿਆ, ਡਿੱਗਣ ਦੇ ਨਾਲ ਉਹਨੂੰ ਕੋਈ ਹਲਕੀ ਫੁਲਕੀ ਸੱਟ ਲੱਗੀ ਆ। ਜੀ, ਪਰ ਉਸ ਤੋਂ ਬਾਅਦ ਉਹ ਬੰਦਾ ਸੀਸੀਟੀਵੀ ਕੈਮਰੇ ਚ ਕੈਦ ਆ, ਅੱਧ ਖੜ ਉਮਰ ਆ ਉਹਦੀ, 50 ਕੁ ਸਾਲ ਹੋਊਗੀ। ਉਹ ਪੱਟ ਤੇ ਥਾਪੀਆਂ ਮਾਰ ਰਿਹਾ, ਜਿੱਦਾਂ ਕੋਈ ਪੱਟ ਤੇ ਥਾਪੀਆਂ ਮਾਰ ਕੇ ਲਲਕਰੇ ਨੀ ਮਾਰਦਾ, ਇਸ ਤਰ੍ਹਾਂ ਲਲਕਾਰ ਰਿਹਾ। ਤੇ ਬਾਅਦ ਦੇ ਵਿੱਚ ਉਸਨੂੰ ਫਿਰ ਜੋ ਉੱਥੇ ਸੰਗਤ ਹਾਜ਼ਰ ਸੀ ਜਾਂ ਸੇਵਾਦਾਰ ਹਾਜ਼ਰ ਸੀ, ਸਾਰਿਆਂ ਨੇ ਫੜ ਲਿਆ, ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਦੱਸਿਆ ਜਾਂਦਾ ਕਿ ਸੁਲਤਾਨਪੁਰ ਲੋਧੀ ਦੇ ਏਰੀਏ ਦਾ ਹੀ ਆ। ਹੁਣ ਇਹਨੂੰ ਪਤਾ ਨਹੀਂ ਇਹ ਕੀ ਕਹਿਣਗੇ, ਪਰ ਇਹੋ ਜਿਹੇ ਲੋਕ ਆ। ਪਰ ਇਹਦੇ 'ਚ ਇੱਕ ਸਵਾਲ ਤੇ ਫਿਰ ਪੈਦਾ ਹੋਏਗਾ ਕਿ ਮੋਰਿੰਡਿਆਂ ਵਾਲੀ ਬੇਅਦਬੀ ਆਪਾਂ ਦੇਖੀ, ਉਹਦੇ 'ਚ ਵੀ ਉਹ ਜਿਹੜਾ ਗੁਨਾਹਗਾਰ ਸੀਗਾ ਜਿਸਨੇ ਇਹ ਬੱਜਰ ਗੁਨਾਹ ਕੀਤਾ, ਉਹ ਸ਼ੂ ਸਮੇਤ ਤੁਰਿਆ ਆਇਆ, ਕਿਸੇ ਨੇ ਨਹੀਂ ਰੋਕਿਆ। ਫਿਰ ਰਾਜਪੁਰਾ ਦੇ ਵਿੱਚ ਅਜਿਹਾ ਹੋਇਆ, ਤਦ ਵੀ ਕੋਈ ਰਸਤੇ ਦੇ ਵਿੱਚ ਨਹੀਂ ਹੈ। ਤਾਂ ਇਸ ਵਾਰੀ ਵੀ ਇਹ ਦੇਖਣ ਵਾਲੀ ਗੱਲ ਆ ਕਿ ਸੁਲਤਾਨਪੁਰ ਲੋਧੀ ਵਿੱਚ ਜਦੋਂ ਤੁਸੀਂ ਜਾਓਗੇ, ਬਹੁਤ ਸਾਰੇ ਉੱਥੇ ਗੁਰੂ ਘਰ ਤੁਹਾਨੂੰ ਮਿਲਣਗੇ ਜਦੋਂ ਤੁਸੀਂ ਨਤਮਸਤਕ ਹੋਣ ਜਾਓਗੇ, ਤਾਂ ਉੱਥੇ ਇੰਨਾ ਪ੍ਰਬੰਧ ਹੈ। ਪਰ ਬਾਵਜੂਦ ਇਸ ਤੇ ਜੇਕਰ ਕੋਈ ਮੂੰਹ ਮੰਨ ਕੇ ਜਾ ਰਿਹਾ ਤਾਂ ਉਸਨੂੰ ਬਾਹਰ ਕਿਉਂ ਨਹੀਂ ਰੋਕਿਆ ਜਾਂਦਾ? ਇਹ ਬਹੁਤ ਵੱਡਾ ਸਵਾਲ ਆ ਕਿ ਦੇਖੋ, ਕਾਨੂੰਨ ਆਪਣੀ ਥਾਂ ਤੇ ਹੈ, ਸਖ਼ਤ ਕਦੋਂ ਬਣਾਏ ਜਾਂਦੇ ਉਹ ਸਰਕਾਰ ਨੇ ਦੇਖਣਾ, ਪੁਲਿਸ ਨੇ ਆਪਣੇ ਪੱਧਰ ਤੇ ਜੋ ਉਹਨਾਂ ਦੀ ਕਾਰਵਾਈ ਉਹ ਕਰਨੀ ਹੈ। ਪਰ ਸਭ ਤੋਂ ਵੱਡੀ ਗੱਲ ਇਹ ਕਿ ਜੋ ਗੁਰੂ ਘਰ ਦੇ ਅੰਦਰ ਨਿਗਰਾਨੀ ਤੁਸੀਂ ਵਧਾ ਸਕਦੇ ਹੋ, ਨਿਗਰਾਨੀ ਤੰਤਰ ਜਿਹੜਾ ਵਿਕਸਿਤ ਕਰ ਸਕਦੇ ਹੋ, ਤਾਂ ਉਹ ਪੱਕੀ ਪਹਿਰੇਦਾਰੀ ਹੋਣੀ ਚਾਹੀਦੀ ਹੈ ਕਿ ਜਿੱਥੇ ਐਂਟਰੀ ਪੁਆਇੰਟ ਹੁੰਦਾ, ਆਪਾਂ ਜਿੱਥੇ ਮਤਲਬ ਕਿ ਦੇਖਦੇ ਹਾਂ ਕਿ ਕੋਈ ਗੇਟ ਹੈ ਗੁਰੂ ਘਰ ਦਾ, ਉੱਥੋਂ ਲੈ ਕੇ ਜਿੱਥੇ ਗੁਰੂ ਸਾਹਿਬ ਸੁਸ਼ੋਭਤ ਨੇ, ਗੁਰੂ ਸਾਹਿਬ ਦੇ ਸਰੂਪ ਸੁਸ਼ੋਭਤ ਨੇ, ਤਾਂ ਉਹ ਜਿਹੜੀ ਦੂਰੀ ਹੈ ਉਹਦੇ ਦਰਮਿਆਨ ਕੋਈ ਨਾ ਕੋਈ ਇੱਕ ਨਿਗਰਾਨੀ ਤੁਹਾਨੂੰ ਉੱਥੇ ਰੱਖਣੀ ਚਾਹੀਦੀ ਹੈ, ਤਾਂ ਕਿ ਜਿਹੜਾ ਵੀ ਕੋਈ ਵਿਅਕਤੀ ਇਸ ਤਰ੍ਹਾਂ ਕੋਈ ਵੀ ਦਾਖਲ ਹੋਣ ਦਾ ਯਤਨ ਕਰਦਾ ਤਾਂ ਉਸਨੂੰ ਬਾਹਰ ਹੀ ਰੋਕ ਲਿਆ ਜਾਵੇ, ਇਹ ਬਿਹਤਰ ਹੋਏਗਾ ਸ਼ਾਇਦ। ਮਿੰਟੂ ਜੀ, ਇੱਧਰੋਂ ਖਹਿਰਾ ਦਾ ਇਹ ਕਹਿਣਾ ਵੀ ਜਿਹੜਾ ਵੀ ਕੋਈ ਕਟਾਰੂ ਚੱਕ ਦੀ ਗੱਲ ਕਰਦਾ ਉਹਦੇ ਤੇ ਕੇਸ ਠੋਕ ਦਿੱਤਾ ਜਾਂਦਾ, ਕੀ ਕੁਝ ਕਹਿ ਰਹੇ ਨੇ ਹੋਰ ਖਹਿਰਾ? ਉਹਨਾਂ ਦੇ ਕਹਿਣ ਦਾ ਮਤਲਬ ਕਿ ਜਿਹੜਾ ਕਟਾਰੂ ਚੱਕ ਦੀ ਗੱਲ ਕਰਦਾ ਉਹਦਾ ਫੱਟਾ ਹੀ ਚੱਕ ਦਿੰਦੇ ਨੇ। ਇਹ ਦੇਖੋ, ਆਪ ਹੁਣ ਥੋੜੀ ਸਿਕਿਉਰਿਟੀ ਲੈ ਕੇ ਆਏ ਇੱਕ ਤਰ੍ਹਾਂ ਨਾਲ ਕਾਨੂੰਨ ਤੋਂ, ਕਿ ਇਹਨਾਂ ਨੂੰ ਜ਼ਮਾਨਤ ਵਗੈਰਾ ਮਿਲ ਗਈ ਆ, ਇਹ ਹੁਣ ਖੁੱਲ ਕੇ ਬੈਟਿੰਗ ਕਰਨਗੇ। ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦਾ ਬੈਟਿੰਗ ਕਰਨ ਦਾ ਅੰਦਾਜ਼ ਆਪਣਾ ਹੀ ਆ, ਇਹ ਸਮਝ ਲਓ ਕਿ ਪੰਜਾਬੀ ਸਿਆਸਤ ਦੇ ਵਰਿੰਦਰ ਸਹਿਵਾਗ ਹੀ ਆ। ਤਾਂ ਹੁਣ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਹੈ ਕਿ ਜਿਹੜਾ ਵੀ ਕਟਾਰੂ ਚੱਕ ਦੇ ਖਿਲਾਫ ਮੂੰਹ ਖੋਲਦਾ ਉਹਦੇ ਖਿਲਾਫ ਮਾਮਲਾ ਦਰਜ ਕਰ ਦਿੰਦੇ ਹੋ ਤੁਸੀਂ। ਜੇ ਕੋਈ ਪੀੜਤ ਕੇਸ਼ਵ ਦੇ ਹੱਕ ਦੇ ਵਿੱਚ ਬੋਲਦਾ ਇਹ, ਤੁਸੀਂ ਉਹਨੂੰ ਵੀ ਨੱਥ ਦਿੰਦੇ ਹੋ, ਕਿਉਂਕਿ ਇਹਨਾਂ ਨੇ ਇੱਕ ਦਲੀਲ ਦਿੱਤੀ ਹੈ, ਇੱਕ ਮਿਸਾਲ ਦਿੱਤੀ ਹੈ ਕਿ ਕੋਈ ਸਰਪੰਚ ਨੇ ਗਗਨਦੀਪ ਸਿੰਘ, ਜਿਹੜੇ ਕਿ ਪਠਾਨਕੋਟ ਦੇ ਪਿੰਡ ਟੱਕੀ ਸਾਹਿਦਾ ਨੰਗਲਪੁਰ ਦੇ ਰਹਿਣ ਵਾਲੇ ਆ, ਤਾਂ ਇਹ ਕਹਿ ਰਹੇ ਨੇ ਕਿ ਦੇਖੋ ਇਹਨਾਂ ਨੇ ਕੇਸ਼ਵ ਦੇ ਹੱਕ ਦੇ ਵਿੱਚ ਜੇ ਆਵਾਜ਼ ਬੁਲੰਦ ਕੀਤੀ ਤਾਂ ਇਹਨਾਂ ਤੇ ਜੰਗਲ ਦੀ ਲੱਕੜ ਚੋਰੀ ਕਰਨ ਦਾ ਦੋਸ਼ ਲਾ ਦਿੱਤਾ ਗਿਆ ਜੀ ਮੰਤਰੀ ਦੇ ਕਹਿਣ ਤੇ। ਤਾਂ ਉਹ ਮਿਸਾਲਾਂ ਦੇ ਕੇ ਦੱਸ ਰਹੇ ਨੇ ਕਿ ਵੇਖੋ, ਜਿਹੜਾ ਵੀ ਕਟਾਰੂ ਚੱਕ ਦੇ ਖਿਲਾਫ ਬੋਲਦਾ ਤਾਂ ਉਹਦੇ ਤੇ ਮਾਮਲਾ ਦਰਜ ਕਰ ਦਿੱਤਾ ਜਾਂਦਾ, ਜਦਕਿ ਉਹ ਕਹਿੰਦੇ ਕਿ SIT ਆਪ ਬਣਾਈ ਫਿਰਦੇ ਆ, ਤੇ ਕਦੇ ਖੁਦ ਮਾਨ ਸਾਹਿਬ SIT ਨੂੰ ਕਹਿੰਦੇ ਸੀ ਕਿ SIT ਦਾ ਮਤਲਬ ਕਿ ਸਿੱਖ, ਵੀ ਜਿਹੜੀ ਚੀਜ਼ ਸਿੱਖਣੀ ਹੋਵੇ, ਤਾਂ ਹੁਣ ਇਹ ਕੀ ਕਰ ਰਹੇ ਆ। ਤਾਂ ਦੂਸਰੇ ਪਾਸੇ ਇੱਕ ਵੱਡੀ ਹੋਰ ਵੀ ਖਬਰ ਆ ਇਸ ਮਾਮਲੇ ਨਾਲ ਜੁੜੀ, ਕਿ ਜਿਹੜਾ ਕੇਸ਼ਵ ਮੁੰਡਾ ਹੈ ਉਹਨੇ SIT ਨੂੰ ਇੱਕ ਲੈਟਰ ਭੇਜਿਆ ਕਿ ਬਈ ਮੈਂ ਅਸੁਰੱਖਿਅਤ ਮਹਿਸੂਸ ਕਰਦਾ, ਜੇ ਮੇਰੇ ਤੁਸੀਂ ਬਿਆਨ ਲੈਣੇ ਆ ਜਾਂ ਤਾਂ ਦਿੱਲੀ ਆ ਜਾਓ ਤੇ ਜਾਂ ਫਿਰ ਵੀਡੀਓ ਦੇ ਜ਼ਰੀਏ ਲੈ ਲਓ, ਮੈਨੂੰ ਡਰ ਜਿਹਾ ਬਹੁਤ ਲੱਗਦਾ ਤੇ ਮੈਂ ਤੇ ਕਿਸੇ ਸੇਫ ਜਗ੍ਹਾ ਤੇ ਲੁਕਿਆ। ਤੇ ਇਹਦਾ ਮਤਲਬ ਹੈ ਕਿ ਜਿਹੜੇ ਸਿਰਸਾ ਸਾਹਿਬ ਹੋਰੀ ਟਵੀਟ ਪਹਿਲਾਂ ਹੀ ਛੱਡ ਦਿੰਦੇ ਆ ਨਾ, ਤੇ ਉਹ ਦਿੱਲੀ ਦੇ ਏਰੀਏ ਦੇ ਵਿੱਚ ਹੀ ਹੈ, ਤੇ ਕਿਹਦੀ ਕਹਿ ਲਓ ਕਿ ਨਿਗਰਾਨੀ ਚ, ਉਹ ਵੀ ਸਾਫ਼ ਹੋ ਜਾਂਦਾ ਹੈ। ਮਿੰਟੂ ਜੀ, ਬੁਲਡੋਜ਼ਰ ਅਫਸਰ ਵਾਲੀ ਕੀ ਕਹਾਣੀ ਹੈ? ਇਹਦਾ ਤਬਾਦਲਾ ਚਰਚਾ ਦਾ ਵਿਸ਼ਾ ਬਣਿਆ, ਕੌਣ ਹੈ ਬੁਲਡੋਜ਼ਰ ਅਫਸਰ? ਦੇਖੋ, ਬਲਡੋਜ਼ਰ ਬਾਬਾ ਮਸ਼ਹੂਰ ਆ ਨਾ ਰਾਜਨੀਤੀ ਚ, ਯੋਗੀ ਆਦਿੱਤਿਆ ਨਾਥ ਨੂੰ ਕਹਿ ਦਿੰਦੇ ਆ ਬਲਡੋਜ਼ਰ ਬਾਬਾ। ਤਾਂ ਇੱਧਰ ਇੱਕ ਅਫਸਰ ਹੈ ਜਲੰਧਰ ਦਾ, ਉਹ ਬੜਾ ਮਸ਼ਹੂਰ ਹੋਇਆ ਕਿਉਂਕਿ ਉਸਨੇ ਇੰਨੀ ਹਨੇਰੀ ਉਠਾਈ ਵਿਜੇ ਜੀ ਕਿ ਮਤਲਬ ਕਿ ਰਿਕਾਰਡ ਤੋੜ ਦਿੱਤਾ। ਦਰਅਸਲ ਕੀ ਹੈ ਕਿ ਅੰਮ੍ਰਿਤਸਰ ਹੋਵੇ ਚਾਹੇ ਜੇ ਤੁਸੀਂ ਦੇਖੋਗੇ ਤਾਂ ਜਲੰਧਰ ਹੋਵੇ, ਇਹਨਾਂ ਨਿਗਮਾਂ ਦੇ ਵਿੱਚ ਬਹੁਤ ਜ਼ਿਆਦਾ ਨਜਾਇਜ਼ ਉਸਾਰੀ ਹੁੰਦੀ ਹੈ। ਉਹ ਕਿੱਦਾਂ ਹੁੰਦੀ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ, ਮਿਲ ਮਿਲਾ ਕੇ ਕੰਮ ਚੱਲਦਾ ਆ। ਤੇ ਹੋਇਆ ਕੀ ਆ ਕਿ ਬੀਤੇ ਦਿਨ ਇੱਕ ਆਫਿਸਰ ਨੇ ਇਹ ਬੀੜਾ ਚੁੱਕਿਆ ਕਿ ਮੈਂ
ਇਹ ਕਰੂੰ ਸਾਰਾ ਕੁਛ ਨਿਸਤ ਨਾਬੂਦ। ਇਹਦਾ ਬਲਡੋਜ਼ਰ ਖੂਬ ਚੱਲਿਆ ਇੱਥੋਂ ਤੱਕ ਕਿ ਚਾਹੇ ਉਹ ਹੈਨਰੀ ਹੋਵੇ, ਅੰਗੁਰਾਲ ਹੋਵੇ, ਰਮਨ ਅਰੋੜਾ ਹੋਵੇ, ਚਾਹੇ ਕੋਈ ਭਾਜਪਾ ਵਾਲਾ ਮੌਜੂਦਾ ਮੰਤਰੀ, ਕੋਈ ਸਾਬਕਾ ਮੰਤਰੀ, ਕੋਈ ਮੌਜੂਦਾ ਵਿਧਾਇਕ, ਮਤਲਬ ਕਿ ਕਿਸੇ ਨੂੰ ਨਹੀਂ ਬਖਸ਼ਿਆ ਜੀ, ਕਿਸੇ ਨੂੰ ਨਹੀਂ ਬਖਸ਼ਿਆ। ਬਹੁਤ ਐਕਸ਼ਨ ਤਗੜੇ ਕੀਤੇ ਬੱਤਰਾ ਦੀ, 15 ਨਜਾਇਜ਼ ਦੁਕਾਨਾਂ ਦੀ ਸਾਰੀ ਸੀ, ਚੱਲ ਮਸ਼ੀਨ ਨਾਨਕ ਢਾਬੇ ਵਾਲੇ ਸੀਗੇ ਤੇ ਮਤਲਬ ਕਿ ਸਾਈਂ ਦਾਸ ਸਕੂਲ ਦੇ ਪਿੱਛੇ, ਤਾਂ ਉਹ 7 ਦੁਕਾਨਾਂ ਦੀ ਉਸਾਰੀ ਸੀ, ਉਹ ਵੀ ਡਿੱਗੀ ਕਹਿੰਦੇ। ਇਸ ਤਰ੍ਹਾਂ ਹੋਰ ਬਬਰੀਕ ਚੌਂਕ ਜੋਨ ਆਫਿਸ ਇੱਥੇ ਨੇੜੇ ਸੀ, 150 ਮਰਲਿਆਂ ਦਾ ਕਬਜ਼ਾ, ਮਤਲਬ ਕਿ ਲੰਮੀ ਫਹਿਰਿਸਤ ਹੈ। ਬੰਦੇ ਨੇ ਕਿਸੇ ਦੀ ਸੁਣੀ ਨੀ, ਇਹਦਾ ਨਾਂ ਹੀ ਰੱਖ ਦਿੱਤਾ ਕਿ ਬਲਡੋਜ਼ਰ ਅਫਸਰ। ਨਾਮ ਹੈ ਵੈਸੇ ਇਹਦਾ ਸੁਖਦੇਵ ਵਸ਼ਿਸ਼ਟ। ਪਰ ਅਖੀਰ ਉਹੀ ਹੋਇਆ ਕਿ ਇੱਕ ਪਾਸੇ ਤੇ ਅੱਜ ਮਾਨ ਸਾਹਿਬ ਤਾਕੀਦ ਕਰ ਰਹੇ ਸਨ ਲੋਕਾਂ ਨੂੰ ਕਿ ਵੇਖੋ ਬਈ ਤੁਸੀਂ ਇੱਦਾਂ ਕਰੋ ਕਿ 1 ਜੂਨ ਤੋਂ ਪਹਿਲਾਂ ਨਜਾਇਜ਼ ਕਬਜ਼ੇ ਛੱਡ ਦਿਓ ਤਾਂ ਗੱਲ ਚੰਗੀ ਆ, ਨਹੀਂ ਤਾਂ ਫਿਰ ਮਾਰ ਬੁਰੀ ਪਏਗੀ। ਇੱਕ ਪਾਸੇ ਨਜਾਇਜ਼ ਕਬਜ਼ੇ ਛੁਡਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਜਿਹੜੀ ਕਿ ਚੰਗੀ ਗੱਲ ਆ, ਤਾਂ ਦੂਸਰੇ ਪਾਸੇ ਜੇ ਕੋਈ ਅਫਸਰ ਇਸ ਤਰ੍ਹਾਂ ਦੀ ਮੁਹਿੰਮ ਨੂੰ ਅੰਜਾਮ ਦਿੰਦਾ ਤਾਂ ਫਿਰ ਉਹਦੇ ਹੱਥ 'ਚ ਇੱਕ ਅਚਾਨਕ ਰੋਕਾ ਆਉਂਦਾ ਤੇ ਰੁਕੇ ਤੇ ਲਿਖਿਆ ਹੁੰਦਾ ਕਿ ਤੁਹਾਡਾ ਤਬਾਦਲਾ ਹੋ ਚੁੱਕਾ ਹੈ। ਇਹ ਨਹੀਂ ਹੋਣਾ ਚਾਹੀਦਾ ਕਿ ਜੇਕਰ ਉਸਨੇ ਕਿਸੇ ਦਾ ਦਬਾਅ ਨਹੀਂ ਮੰਨਿਆ, ਇਸ ਤਰ੍ਹਾਂ ਦੀਆਂ ਨਜਾਇਜ਼ ਉਸਾਰੀਆਂ ਜਿਹੜੀਆਂ ਕਿ ਬਹੁਤ ਜ਼ਿਆਦਾ ਸਨ, ਮੈਂ ਤਾਂ ਕੁਛ ਕੁ ਤੁਹਾਨੂੰ ਮਿਸਾਲਾਂ ਦਿੱਤੀਆਂ, ਬਹੁਤ ਲੰਮੀ ਲਿਸਟ ਆ ਕਿ ਉਸਨੇ ਇਹਨਾਂ ਨਜਾਇਜ਼ ਉਸਾਰੀਆਂ ਨੂੰ ਜੇ ਹੱਥ ਪਾਇਆ ਤੇ ਫਿਰ ਉਹਦਾ ਤਬਾਦਲਾ ਕਿਸ ਬਹੁਤ ਕੀਤਾ ਜਾ ਰਿਹਾ, ਇੱਕ ਬਹੁਤ ਵੱਡਾ ਸਵਾਲ ਆ ਜੀ। ਮਿੰਟੂ ਜੀ ਇਹ ਦੱਸਿਓ ਵੀ ਡਿਜੀਟਲ ਹੋਣ ਦੀ ਵਿਧਾਨ ਸਭਾ ਦੀ ਉਮੀਦ ਉਡੀਕ ਹੀ ਬਣ ਕੇ ਰਹਿ ਗਈ ਹੈ, ਕੀ ਬਣਿਆ ਡਿਜੀਟਲ ਵਿਧਾਨ ਸਭਾ ਦਾ? ਹਾਂਜੀ, ਹਾਲੇ ਇੰਤਜ਼ਾਰ ਕਰਨਾ ਪਏਗਾ ਕਿਉਂਕਿ ਪੰਜਾਬ ਵਿਧਾਨ ਸਭਾ ਨੂੰ ਡਿਜੀਟਲ ਕਰਨ ਵਾਸਤੇ ਜੋ ਇਹਨਾਂ ਨੇ ਰਕਮ ਰੱਖੀ ਸੀਗੀ ਉਹ 2 ਕਿਸ਼ਤਾਂ ਚ ਬੇਸ਼ੱਕ ਦਿੱਤੀ ਜਾ ਚੁੱਕੀ ਹੈ, ਪਰ 4 ਵਾਰ ਟੈਂਡਰ ਕੱਢੇ ਗਏ ਆ, ਬਾਵਜੂਦ ਇਸਦੇ ਕੋਈ ਠੇਕੇਦਾਰ ਠੇਕਾ ਲੈਣ ਵਾਸਤੇ ਤਿਆਰ ਹੀ ਨਹੀਂ ਹੈ। ਇਹ ਵੀ ਇੱਕ ਕਮਾਲ ਦੀ ਗੱਲ ਹੈ ਕਿ ਵਿਧਾਨ ਸਭਾ ਦਾ ਕੋਈ ਠੇਕਾ ਨਹੀਂ ਲੈ ਰਿਹਾ, ਨਹੀਂ ਤਾਂ ਤੁਹਾਨੂੰ ਪਤਾ ਠੇਕੇਦਾਰੀ ਦੇ ਵਿੱਚ ਤੇ ਲੋਕ ਵੱਧ ਚੜ੍ਹ ਕੇ ਅੱਗੇ ਬੋਲੀ ਲਾਉਂਦੇ ਆ ਕਿ ਮੈਨੂੰ ਦਿਓ ਜੀ ਮੈਨੂੰ ਦਿਓ, ਕਿਉਂਕਿ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਕਾਗਜ਼ ਜਿਹੜਾ ਆ ਨਾ ਉਹ ਨਹੀਂ ਵਰਤੋਂ ਚ ਲਿਆਉਣਾ, ਡਿਜੀਟਲ ਕਰ ਦੇਣੀ ਆ ਵਿਧਾਨ ਸਭਾ, ਤੇ ਉਹਦੇ ਵਿੱਚ ਹੋਏਗਾ ਕਿ ਵਿਧਾਇਕ ਹੋਣ, ਮੰਤਰੀ ਹੋਣ, ਮੁੱਖ ਮੰਤਰੀ ਹੋਵੇ, ਲੈਪਟਾਪ ਦੇਵਾਂਗੇ, ਟੈਬ ਦੇਵਾਂਗੇ, ਤੇ ਉਹ ਸਾਰਾ ਕੁਛ ਇਹਨਾਂ ਦੇ ਜ਼ਰੀਏ ਕਰਨਗੇ। ਤੇ ਵੈਸੇ ਉਹ ਦੇਖੋ ਹਾਲੇ ਤੱਕ ਉਹਦਾ ਡਿਜੀਟਲ ਕਰਨ ਤਾਂ ਇਹਨਾਂ ਨੇ ਕੀ ਕਰਨਾ ਸੀਗਾ, ਪਰ ਬਹੁਤ ਵੱਡੇ ਵੱਡੇ ਇਸ਼ਤਿਹਾਰ ਜ਼ਰੂਰ ਅਖਬਾਰਾਂ 'ਚ ਛਪਾ ਦਿੱਤੇ ਸੀਗੇ ਕਿ 1,00,000 ਦਾ ਕਾਗਜ਼ ਹੀ ਬਚਾ ਲਿਆ ਜਾਂ ਬਚਾ ਦੇਣਾ, ਮਸ਼ਹੂਰੀ ਫੁੱਲ ਹੋ ਗਈ ਸੀਗੀ। ਪਰ ਹਾਲੇ ਤੱਕ ਸੱਚਾਈ ਇਹ ਆ ਕਿ ਇੰਨਾ ਚਿਰ ਹੋ ਗਿਆ ਐਲਾਨ ਹੋਏ ਨੂੰ, ਠੇਕੇਦਾਰ ਨਹੀਂ ਮਿਲ ਰਹੇ, 4 ਮਰਤਬਾ ਟੈਂਡਰ ਹੋਏ ਨੇ, 4 ਵਾਰ ਇਹ ਮਾਮਲਾ ਉੱਥੇ ਦਾ ਉੱਥੇ ਆ। ਕਹਿੰਦੇ ਹੁੰਦੇ ਨੇ ਕਿ ਪੰਚਾਂ ਦਾ ਕਿਹਾ ਸਿਰ ਮੱਥੇ ਤੇ ਪਰਨਾਲਾ ਉੱਥੇ ਦਾ ਉੱਥੇ, ਹਾਲ ਦੀ ਘੜੀ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਸੋ ਡਿਜੀਟਲ ਵਾਲਾ ਮਸਲਾ ਟਲਿਆ ਹੋਇਆ ਹਜੇ? ਹਾਂਜੀ, ਡਿਜੀਟਲ ਵਾਲਾ ਮਸਲਾ ਜਿਹੜਾ ਉਹ ਟਲ ਮਟੋਲ ਹੀ ਹੈ। ਤੇ ਮਿੰਟੂ ਜੀ, ਜਿਹੜੇ ਗੈਂਗਸਟਰ ਅਰਸ਼ ਡਾਲਾ ਦਾ ਸਾਥੀ, ਉਹਨੂੰ ਫਿਲੀਪੀਨਸ ਤੋਂ ਡਿਪੋਰਟ ਕੀਤਾ ਗਿਆ, ਕੀ ਵੇਰਵਾ ਜੀ ਇਸ ਖਬਰ ਦਾ? ਜੀ ਜੀ, ਦੇਖੋ ਗੱਲ ਕੀ ਹੈ ਕਿ ਬੜਾ ਸਿੰਪਲ ਫੰਡਾ ਹੈ, ਜਿਸ ਤਰ੍ਹਾਂ ਹੁਣ NIA ਇੱਥੇ ਤੁਸੀਂ ਦੇਖੋਗੇ ਕਿ ਯਕਦਮ ਸਵੇਰੇ ਸਾਜਰੇ ਸਵਖਤ ਹੀ ਆ ਕੇ ਰੇਡਾ ਮਾਰਦੀ ਹੈ। ਉਹ ਜੇ ਸਮਝੀਏ ਸਾਰਾ ਮੋਡਸ ਆਪਰੈਂਡੀ, ਉਹ ਸਮਝਣ ਦਾ ਯਤਨ ਕਰੀਏ ਕਿ ਕੀ ਚੱਲਦਾ ਪਿਆ ਵਾ, ਤਾਂ ਉਹਦੇ ਚੋਂ ਇੱਕ ਤੁਹਾਨੂੰ ਨਿਚੋੜ ਨਿਕਲੇਗਾ ਕਿ ਸ਼ਾਇਦ ਦਹਿਸ਼ਤ ਪਾਈ ਜਾ ਰਹੀ ਆ। ਦੱਸਿਆ ਜਾ ਰਿਹਾ ਕਿ ਜੇ ਤੁਸੀਂ ਇਹਨਾਂ ਦੇ ਨਾਲ ਕਿਸੇ ਵੀ ਤਰੀਕੇ ਨਾਲ ਕਨੈਕਟਡ ਹੋਏ ਤਾਂ ਤੁਸੀਂ ਬਚੋਗੇ ਨਹੀਂ, ਚਾਹੇ ਤੁਸੀਂ ਪੈਸਾ ਸੰਭਾਲੋਗੇ, ਚਾਹੇ ਤੁਸੀਂ ਜਾ ਕੇ ਕੋਈ ਵਾਰਦਾਤ ਕਰੋਗੇ, ਇਹਨਾਂ ਦੇ ਆਖੇ ਕੁਛ ਵੀ ਕਰੋਗੇ ਤਾਂ ਤੁਸੀਂ ਮਾਂਜੇ ਜਾਓਗੇ। ਨੰਬਰ 2, ਇਹ ਇੱਕ ਤੇ ਇਹ ਆ ਕਿ ਜਿਹੜੇ ਬਾਹਰ ਬੈਠੇ ਆ ਉਹਨਾਂ ਦੇ ਇੱਧਰਲੇ ਲਿੰਕ ਜਿਹੜੇ ਆ ਉਹ ਜਿੱਦਾਂ ਮੈਂ ਦੱਸਿਆ ਕਿ ਥੋੜੇ ਡਰਾਏ ਜਾਣ, ਥੋੜੇ ਅੰਬਲ ਭੂਸੇ ਚ ਪਾਏ ਜਾਣ, ਤੇ ਦੂਸਰੇ ਪਾਸੇ ਜਿਹੜੇ ਬਾਹਰ ਬੈਠੇ ਨੇ ਉਹਨਾਂ ਨੂੰ ਹੌਲੀ 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 ਲਿਆਂਦਾ ਜਾਵੇ। ਜਿਵੇਂ ਆਪਾਂ ਦੇਖਿਆ ਤੁਹਾਡੇ ਇਧਰੋਂ ਕੈਨੇਡਾ 'ਚ ਵੀ ਸੂਚੀ ਨਿਕਲੀ ਹੈ, US 'ਚ ਵੀ ਗੱਲਬਾਤ ਚੱਲ ਰਹੀ ਹੈ, ਤਾਂ ਫਿਲੀਪੀਨਸ ਦੇ ਨਾਲ ਵੀ ਇਹਨਾਂ ਦੇ ਤਾਲੁਕਾਤ ਅੱਛੇ ਨੇ। ਉੱਥੇ ਵੀ ਇੰਡੀਆ ਕਾਫੀ ਜ਼ਿਆਦਾ ਕਹਿ ਲਓ ਕਿ ਪ੍ਰਭਾਵ ਰੱਖਦਾ। ਸੋ ਇਹਨੂੰ ਉੱਥੇ ਅਰੈਸਟ ਕੀਤਾ ਗਿਆ ਸੀਗਾ, ਹੁਣ ਇਹਨੂੰ ਡਿਪੋਰਟ ਕੀਤਾ ਗਿਆ, ਤੇ ਫਿਰ ਜਿਵੇਂ ਮੈਂ ਕਿਹਾ ਕਿ NIA ਖਾਸ ਤੌਰ 'ਤੇ ਇਸ ਮਾਮਲੇ 'ਚ ਇਨਵੋਲਵ ਆ। ਜਿਵੇਂ ਹੀ ਏਅਰਪੋਰਟ 'ਤੇ ਇਹਦੀ ਐਂਟਰੀ ਹੋਈ ਇਹਨੂੰ ਨਾਲ ਦੀ ਨਾਲ NIA ਨੇ ਹੀ ਗ੍ਰਿਫਤਾਰ ਕਰ ਲਿਆ। ਜੀ, ਤੇ ਮਿੰਟੂ ਜੀ ਹੁਣ ਸੁਣਾਓ ਅੱਜ ਦੀ ਖੁਸ਼ਨੁਮਾ ਖਬਰ ਕੀ ਹੈ ਜੀ? ਹਾਂ ਜੀ ਬਿਲਕੁਲ, ਖੁਸ਼ਨੁਮਾ ਖਬਰ ਜਿਹੜੀ ਹੈ ਨਾ ਮੈਂ ਲੱਭ ਰਿਹਾ ਸੀਗਾ, ਤੇ ਉਹਦੇ ਵਿੱਚ ਮੈਨੂੰ ਇੱਕ ਖਬਰ ਮਿਲੀ। ਖਬਰ ਕੀ ਮਿਲੀ ਕਿ ਕਹਿੰਦੇ ਜੀ ਕੱਲ ਜੋ ਮੁੱਖ ਮੰਤਰੀ ਸਾਹਿਬ ਨੇ ਨਿਯੁਕਤੀ ਪੱਤਰ ਵੰਡੇ ਸਨ BOI,
ਜੋ ਬਿਊਰੋ ਆਫ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਭਰਤੀਆਂ ਹੋਈਆਂ ਤਕਰੀਬਨ 150 ਸੀ। ਤਾਂ ਉਹਦੇ ਚ ਮੈਨੂੰ ਇੱਕ ਐਸੀ ਕੁੜੀ ਨਜ਼ਰ ਪਈ ਜੋ ਵੀਲ ਚੇਅਰ ਤੇ ਸੀ, ਉੱਥੇ ਨਿਯੁਕਤੀ ਪੱਤਰ ਉਹਨੂੰ ਮਿਲ ਰਿਹਾ ਸੀ। ਮੈਂ ਬਹੁਤ ਹੈਰਾਨ ਹੋਇਆ ਕਿ ਇਨਵੈਸਟੀਗੇਸ਼ਨ ਦੇ ਵਿੱਚ ਇੱਕ ਅਪਾਹਜ ਲੜਕੀ। ਫਿਰ ਜਦੋਂ ਜਾਣਿਆ ਤਾਂ ਵਾਕਿਆ ਬਈ ਕਮਾਲ, ਇਹ ਮਨਦੀਪ ਕੌਰ ਔਲਖ ਦੇ ਬਾਵਜੂਦ ਇਸਦੇ ਕਿ ਬਹੁਤ ਜ਼ਿੰਦਗੀ ਚ ਚੁਣੌਤੀਆਂ ਸਨ, ਇਸਨੇ ਬਹੁਤ ਪੜ੍ਹਾਈ ਕੀਤੀ ਆਪਣੀ ਕਾਬਲੀਅਤ ਦੇ ਦਮ ਤੇ। ਸਾਬ ਲਾ ਲਓ ਕਿ ਉਹ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਿਲ ਹੋ ਗਈ ਆ, ਵੱਡੇ ਵੱਡਿਆਂ ਨੂੰ ਹਦਾਇਤਾਂ ਦੇਵੇਗੀ। ਸੋ ਜੋ ਕੁਦਰਤ ਨੇ ਦਿੱਤਾ ਕਈ ਵਾਰ ਸਾਨੂੰ ਲੱਗਦਾ ਕਿ ਨਾਕਾਫੀ ਹੈ, ਪਰ ਜੋ ਹੈ ਅਸੀਂ ਉਸਨੂੰ ਕਿਤੇ ਨਾ ਕਿਤੇ ਵਰਤਣ ਤੋਂ ਖੁੰਝ ਰਹੇ ਹੁੰਦੇ ਹਾਂ। ਸਿਰਫ ਤੇ ਸਿਰਫ ਇਹ ਕਹਿ ਕੇ ਸਾਨੂੰ ਹੋਰ ਦਿੱਤਾ ਜਾਣਾ ਚਾਹੀਦਾ ਸੀਗਾ, ਪਰ ਜੋ ਤੁਹਾਡੇ ਕੋਲ ਹੁੰਦਾ ਕਈ ਵਾਰ ਉਹ ਕਾਫੀ ਹੁੰਦਾ ਜੇ ਤੁਸੀਂ ਅੱਗੇ ਵਧਣਾ ਹੋਵੇ ਤਾਂ। ਬਿਲਕੁਲ, ਬਹੁਤ ਇੰਪੋਰਟੈਂਟ ਗੱਲ ਹੈ ਮਿੰਟੂ ਜੀ ਇਹ,